ਸਵਰਗੀ ਗੁਰਚਰਨ ਸਿੰਘ ਟੋੜਾ ਦੇ ਪਰਿਵਾਰਕ ਮੈਂਬਰ ਹਰਮੇਲ ਸਿੰਘ ਟੋੜਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਿੰਡ ਟੋੜਾ 'ਚ ਦੋ ਧੜੇ ਬਣ ਗਏ ਹਨ। ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਵੱਲੋਂ ਹਰਮੇਲ ਸਿੰਘ ਟੋੜਾ ਦਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ 'ਤੇ ਵਿਰੋਧ ਕੀਤਾ ਗਿਆ ਹੈ। ਦੂਜੇ ਪਾਸੇ ਪਿੰਡ ਟੋੜਾ ਦੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਹਰਮੇਲ ਸਿੰਘ ਟੋੜਾ ਦੇ ਹੱਕ ਦੇ ਵਿੱਚ ਦੂਜੇ ਧੜੇ ਦਾ ਵਿਰੋਧ ਕੀਤਾ ਹੈ। ਹਰਮੇਲ ਸਿੰਘ ਟੋੜਾ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਨਾਲ ਪਿੰਡ ਦੀ ਧੜੇਬਾਜ਼ੀ ਵੱਧ ਗਈ ਹੈ। ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੋੜਾ ਨੇ ਕਿਹਾ ਹੈ ਕਿ ਹਰਮੇਲ ਸਿੰਘ ਟੋੜਾ ਨੇ ਪੰਥ ਨੂੰ ਧੋਖਾ ਦੇ ਕੇ ਪੰਥ ਵਿਰੋਧੀ ਪਾਰਟੀ ਆਮ ਆਦਮੀ ਵਿੱਚ ਸ਼ਾਮਲ ਹੋਣ ਦਾ ਗਲਤ ਫੈਸਲਾ ਲਿਆ ਹੈ। ਜਿਸ ਤਰ੍ਹਾਂ ਕੁਲਤੰਤ ਸਿੰਘ ਟੋੜਾ ਸਾਹਿਬ ਉਹ ਸਾਰੀ ਉਮਰ ਪੰਥ ਵਾਸਤੇ ਜੀਏ ਨੇ, ਅਕਾਲੀ ਦਲ ਵਾਸਤੇ ਉਹ ਜੀਏ ਨੇ। ਉਹਨੇ ਕਦੇ ਨਾ ਆਪਣੇ ਵਾਸਤੇ ਨਾ ਪਰਿਵਾਰ ਵਾਸਤੇ ਕਿਸੇ ਗੱਲ ਦੀ ਕਦੇ ਉਹਨੇ ਮੰਗ ਨਹੀਂ ਸੀ ਕੀਤੀ। ਲੇਕਿਨ ਸਾਨੂੰ ਦੁੱਖ ਉਸ ਗੱਲ ਦਾ ਹੋਇਆ, ਜਿਹੜੇ ਟੋੜਾ ਸਾਹਿਬ ਦੇ ਆਪਣੇ ਨੂੰ ਵਾਰਸ ਕਹਾਉਂਦੇ ਨੇ, ਉਹਨਾਂ ਦੇ ਜੋ ਪਰਿਵਾਰ ਦੇ ਲੋਕ ਹੁੰਦੇ ਨੇ, ਉਹਨਾਂ ਨੇ ਇਹ ਗੱਲ ਕੱਲ੍ਹ ਸਾਨੂੰ ਸੁਣ ਕੇ ਜਦੋਂ ਅਸੀਂ ਖਬਰਾਂ ਸੁਣੀਆਂ, ਅੱਜ ਅਖਬਾਰ ਪੜ੍ਹਿਆ, ਸਾਰੇ ਪਿੰਡ ਨੂੰ ਸਭ ਤੋਂ ਵੱਡਾ ਦੁੱਖ ਪਹੁੰਚਿਆ ਕਿ ਟੋੜਾ ਸਾਹਿਬ ਦੇ ਵਾਰਸ ਕਹਾਉਣ ਵਾਲੇ ਲੋਕ ਅੱਜ ਉਸ ਪਾਰਟੀ ਵਿੱਚ ਸ਼ਾਮਲ ਹੋਏ ਨੇ ਜਿਹੜੀ ਪਾਰਟੀ ਪੰਜਾਬ ਵਿਰੋਧੀ ਹੈ, ਪੰਥ ਵਿਰੋਧੀ ਹੈ, ਸਿੱਖ ਵਿਰੋਧੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਪਰਿਵਾਰਾਂ ਨੂੰ, ਉਸ ਵਿਅਕਤੀ ਨੂੰ, ਵਿਸ਼ੇਸ਼ ਕਰਕੇ ਹਰਮੇਲ ਸਿੰਘ ਟੋੜਾ ਨੂੰ, ਜਿੱਥੇ ਖਾਲਸਾ ਕਾਲਜ ਦਾ ਸੈਕਟਰੀ ਬਣਾ ਕੇ ਰੱਖਿਆ ਹੁਣ ਤੱਕ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦਾ ਟਰੱਸਟੀ ਬਣਾ ਕੇ ਰੱਖਿਆ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ PAC ਦਾ ਮੈਂਬਰ ਬਣਾ ਕੇ ਰੱਖਿਆ, ਜਿੱਥੇ ਸ਼੍ਰੋਮਣੀ ਅਕਾਲੀ ਦਲ ਵਾਰ ਵਾਰ ਉਹਨੂੰ ਟਿਕਟ ਦਿੰਦਾ ਰਿਹਾ, ਇਹ ਵੱਖਰੀ ਗੱਲ ਹੈ ਕਿ ਉਹ ਆਪਣੀਆਂ ਗਲਤੀਆਂ ਕਰਕੇ ਹਾਰਦਾ ਰਿਹਾ, ਸੰਗਤ ਦੀ ਸੇਵਾ ਸਹੀ ਤਰੀਕੇ ਨਾਲ ਨਹੀਂ ਕਰੀ ਹੈਗੀ, ਦੋਸਤ ਦੂਜਿਆਂ ਨੂੰ ਦਿੰਦੇ ਰਿਹਾ। ਉਹ ਜੋ ਵਿਅਕਤੀ ਇੱਕ ਬਹਾਨਾ ਮਾਰ ਕੇ ਭੱਜ ਗਏ ਜੀ ਸਾਨੂੰ ਟਿਕਟ ਨਹੀਂ ਮਿਲੇਗੀ, ਅਸੀਂ ਤਾਂ ਜੀ ਟੋੜਾ ਸਾਹਿਬ ਦੇ ਪਰਿਵਾਰ ਨਾਲ ਧੱਕਾ ਹੋ ਰਿਹਾ। ਆਪਣੇ ਪੰਥ ਦਾ ਗੁਰਚਰਨ ਸਿੰਘ ਟੋੜਾ ਜੀ, ਪਿੰਡ ਨੂੰ ਬਹੁਤ ਵੱਡੀ ਦੇਣ ਆ ਉਹਨਾਂ ਦੀ, ਅਕਾਲੀ ਦਲ ਨਾਲ ਦੇ, ਹੁਣ ਉਹਨਾਂ ਨੇ ਟੋੜਾ ਸਾਹਿਬ ਦੀ ਆਪਣੇ ਨਹੀਂ ਉਹਨਾਂ ਨੂੰ ਚੰਗਾ ਲੱਗਿਆ, ਆਪਣੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ, ਸਾਰਾ ਨਗਰ ਉਹਨਾਂ ਨਾਲ ਆ। ਜਿਹੜਾ ਸਤਵਿੰਦਰ ਸਿੰਘ ਦੋਸ਼ ਲਾਉਂਦਾ ਬਿਲਕੁਲ ਗਲਤ ਲਾਉਂਦਾ, ਅਸੀਂ ਕਹਿਰ ਕਰਦੇ ਸਟੇਡੀਅਮ ਦੀ ਵੀ ਕਰਦੇ ਹਾਂ ਔਰ ਪਾਰਕ ਦੀ ਵੀ ਕਰਦੇ ਹਾਂ ਜੀ, ਸਾਰਾ ਨਗਰ, ਸਾਡੀ ਪੰਚਾਇਤ, ਸੁਸਾਇਟੀ ਸਾਰੀ ਟੋੜਾ ਸਾਹਿਬ ਦੇ ਨਾਲ। ਇਹ ਸਤਵਿੰਦਰ ਸਿੰਘ ਆ ਜੀ ਵਿਰੋਧੀ, ਉਹੀ ਧੜੇਬੰਦੀ ਕਰ ਰਿਹਾ ਨਹੀਂ, ਧੜੇਬੰਦੀ ਕੋਈ ਨਹੀਂ, ਬਿਲਕੁਲ ਟੋੜਾ ਸਾਹਿਬ ਦੇ ਨਾਲ ਨੇ ਸਾਰੇ। ਸਤਵਿੰਦਰ ਸਿੰਘ ਠੇਕੇਦਾਰ ਆ ਜੀ ਪੰਥ ਦਾ, ਇਹ ਤਾਂ ਪੰਥ ਦਾ ਸਿੱਖ ਹੈ, ਕੋਈ ਵੀ ਹੋ ਸਕਦਾ ਸਿੱਖ, ਉਹ ਪੰਥ ਹੈ, ਇਹਦਾ ਸਰਟੀਫਿਕੇਟ ਉਹ ਤੋਂ ਤਾਂ ਨਹੀਂ ਲੈਣਾ ਹੈਗਾ ਟੋੜਾ ਸਾਹਿਬ ਨੇ, ਟੋੜਾ ਸਾਹਿਬ ਜੀ ਦਾ ਦੇਣ ਹੈ ਅਕਾਲੀ ਦਲ ਨੂੰ ਬਹੁਤ ਬੜੀ, ਉਹਨਾਂ ਨੇ ਉਹਨਾਂ ਦੀ ਕੋਈ ਕਦਰ ਨਹੀਂ ਪਾਈ, ਮਜਬੂਰੀ 'ਚ ਉਹ ਆਮ ਆਦਮੀ ਪਾਰਟੀ 'ਚ ਗਏ ਨੇ। ਹਰਮੇਲ ਸਿੰਘ ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।